ਸੋਚ ਨਵਾਇਆ ਗਾਸ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼ ਨਵਾਂ ਨਵਾਂ ਵਿਆਹ ਹੋਇਆ ਇੱਕ ਜੋੜੇ ਦਾ ਤੇ ਉਹ ਆਪਣੀ ਘਰਵਾਲੀ ਨੂੰ ਨਾ ਚਮ ਚਮਾਉਂਦੀ ਜਿਹੜੀ ਗੱਡੀ ਮਿਲੀ ਇਹਨਾਂ ਦਾਜ ਦੇ ਵਿੱਚ ਉਸ ਗੱਡੀ ਦੇ ਵਿੱਚ ਬਿਠਾ ਕੇ ਘਰ ਵਾਲੇ ਦੇ ਨਾ ਇੰਨੀ ਗੱਲ ਕਹੀ ਚਲੋ ਸੈਰ ਕਰਦੇ ਹਾਂ ਚੱਕਰ ਲਾ ਕੇ ਆਉਂਦੇ ਆਪਣੀ ਵਹੁਟੀ ਨੂੰ ਕੀ ਕਹਿੰਦਾ ਦਾਜ ਵਿੱਚ ਮਿਲੀ ਗੱਡੀ ਆਪਣੀ ਘਰ ਵਾਲੀ ਨੂੰ ਕਹਿੰਦਾ ਚੱਲ ਸ਼ਹਿਰ ਤਾਂ ਚੱਕਰ ਲਾ ਕੇ ਆਈਏ ਸੈਰ ਕਰਕੇ ਆਈਏ ਉਹ ਬਹਿ ਗਈ ਆਪਣੇ ਘਰ ਵਾਲੇ ਦੇ ਨਾਲ ਜਦੋਂ ਬੈਠੀ ਉਹਨੇ ਜ਼ੋਰ ਦੀ ਉੱਚੀ ਆਵਾਜ਼ ਦੇ ਵਿੱਚ ਨਾ ਮਿਊਜ਼ਿਕ ਲਾ ਦਿੱਤਾ ਉੱਚੀ ਆਵਾਜ਼ 'ਚ ਉਹ ਕਹਿੰਦੀ ਥੋੜ੍ਹੀ ਘੱਟ ਆਵਾਜ਼ 'ਚ ਲਾਓ ਕਹਿੰਦਾ ਨਹੀਂ ਅੱਗੇ ਮੈਂ ਦੋਸਤਾਂ ਦੀਆਂ ਗੱਡੀਆਂ 'ਚ ਘੁੰਮਦਾ ਸਾਂ ਅੱਜ ਆਪਣੀ ਗੱਡੀ 'ਚ ਮੈਂ ਬੈਠਾਂ ਇਹ ਮੈਨੂੰ ਇਸ ਚੀਜ਼ ਤੋਂ ਰੋਕ ਨਾ ਉਹਨੇ ਹੋਰ ਉੱਚੀ ਕਰਤਾ ਮਿਊਜ਼ਿਕ ਸਪੀਡ ਵੀ ਪੂਰੀ ਜ਼ੋਰ ਦੀ ਵਧਾ ਦਿੱਤੀ ਗੱਡੀ ਦੀ ਜਦੋਂ ਵਧਾਈ ਉਹ ਕਹਿੰਦੀ ਥੋੜ੍ਹਾ ਹੌਲੀ ਚੱਲੋ ਕੋਈ ਅੱਗੇ ਆ ਨਾ ਜਾਵੇ ਥੋੜ੍ਹਾ ਹੌਲੀ ਚ ਉਹ ਕਹਿੰਦਾ ਨਹੀਂ ਅੱਗੇ ਮੈਂ ਬਗਾਨੀਆਂ ਗੱਡੀਆਂ 'ਚ ਬਹਿੰਦਾ ਸਾਂ ਪਰ ਅੱਜ ਆਪਣੀ ਗੱਡੀ ਦੇ ਵਿੱਚ ਮੈਂ ਬੈਠਾਂ ਦੋਸਤਾਂ ਦੀਆਂ ਗੱਡੀਆਂ ਦਾ ਮਜ਼ਾ ਮੈਂ ਲਿਆ ਅੱਜ ਆਪਣੀ ਗੱਡੀ ਦਾ ਮੈਂ ਮਜ਼ਾ ਲੈ ਰਿਹਾ ਏਡੀ ਮਹਿੰਗੀ ਗੱਡੀ ਇਸ ਗੱਡੀ ਨੂੰ ਖਰੀਦਣ ਦੀ ਮੈਂ ਸੋਚ ਵੀ ਨਹੀਂ ਸੀ ਸਕਦਾ ਇਸੇ ਕਰਕੇ ਤੇਰੇ ਪਿਓ ਕੋਲੋਂ ਮੰਗੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦਾ ਇਸੇ ਕਰਕੇ ਤੇਰੇ ਪਿਤਾ ਕੋਲੋਂ ਮੰਗੀ ਮੈਂ ਗੱਡੀ ਏਡੀ ਮਹਿੰਗੀ ਗੱਡੀ ਲੈਣ ਦੇ ਬਾਰੇ ਮੈਂ ਸੋਚ ਵੀ ਨਹੀਂ ਸੀ ਸਕਦਾ ਹੁਣ ਉਹਨੇ ਰੇਸ ਪੂਰੀ ਨੱਪੀ ਹੋਈ ਤੇ ਅੱਗੇ ਨਾ ਇੱਕ ਭਿਖਾਰੀ ਆ ਗਿਆ ਜਦੋਂ ਭਿਖਾਰੀ ਆਇਆ ਉਹਨੇ ਜ਼ੋਰ ਦੀ ਮਾਰੀ ਬ੍ਰੇਕ ਤੇ ਗੱਡੀ ਇੱਕਦਮ ਘੁੰਮ ਗਈ ਮਸਾਂ ਉਹ ਭਿਖਾਰੀ ਬਚਿਆ ਡਿੱਗ ਪਿਆ ਪਰ ਮਸਾਂ ਹੀ ਉਹ ਬਚਿਆ ਤੇ ਇਹ ਜਦੋਂ ਵੇਖਿਆ ਇਸ ਬੰਦੇ ਨੇ ਕਿ ਭਿਖਾਰੀ ਬਚ ਗਿਆ ਤੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ ਕਹਿੰਦਾ ਮਰਨਾ ਹੀ ਐਵੇਂ ਮੇਰੀ ਗੱਡੀ ਦੇ ਅੱਗੇ ਆ ਗਿਆ ਤੁਹਾਡੇ ਵਰਗੇ ਲੋਕਾਂ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖਿਆ ਤੁਸੀਂ ਮੰਗਤਿਆਂ ਨੇ ਸਾਡੀ ਦੇਸ਼ ਦਾ ਸਾਡੇ ਇਸ ਇਲਾਕੇ ਦਾ ਸਾਡੇ ਸ਼ਹਿਰ ਦਾ ਬੇੜਾ ਗਰਕ ਕਰਕੇ ਰੱਖਿਆ ਹੁਣ ਜਦੋਂ ਇੰਨੀ ਗੱਲ ਬੋਲ ਰਿਹਾ ਨਾ ਇਹ ਬੰਦਾ ਉਹ ਜਿਹੜੀ ਘਰ ਵਾਲੀ ਸੀ ਸਾਈਡ ਤੇ ਬੈਠੀ ਉਹਨੂੰ ਦਇਆ ਆ ਗਈ ਫਟਾਫਟ ਉਤਰੀ ਉਸ ਭਿਖਾਰੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਉਹਨੂੰ 500 ਰੁਪਈਆ ਦਿੱਤਾ ਤੇ ਨਾਲ ਕਹਿੰਦੀ ਬਾਬਾ ਉਹ ਬਜ਼ੁਰਗੋ ਤੁਹਾਨੂੰ ਕੋਈ ਚੋਟ ਤੇ ਨਹੀਂ ਲੱਗੀ ਉਹ ਕਹਿੰਦਾ ਨਹੀਂ ਬੇਟਾ ਮੈਂ ਬਿਲਕੁਲ ਠੀਕ ਉਹਨੂੰ ਸਾਈਡ ਤੇ ਬਿਠਾਇਆ ਉਹ ਬੜੀਆਂ ਉਹ ਦੁਆਵਾਂ ਦੇਣ ਲੱਗ ਪਿਆ ਬੜੀਆਂ ਅਸੀਸਾਂ ਦੇਣ ਲੱਗ ਪਿਆ ਤੇ ਨਾਲ ਅੰਦਰੋਂ ਨਾ ਮਠਿਆਈ ਦਾ ਡੱਬਾ ਕੱਢਿਆ ਪਏ ਸੀ ਨਵਾਂ ਨਵਾਂ ਵਿਆਹ ਹੋਇਆ ਮਠਿਆਈ ਦਾ ਡੱਬਾ ਕਹਿੰਦੇ ਆ ਸਾਡੀ ਨਵੀਂ ਨਵੀਂ ਸ਼ਾਦੀ ਹੋਈ ਨਵਾਂ ਨਵਾਂ ਵਿਆਹ ਮਠਿਆਈ ਤੁਸੀਂ ਖਾਓ ਤੇ ਸਾਨੂੰ ਅਸੀਸਾਂ ਦਿਓ ਉਹ ਦੁਆਵਾਂ ਦੇਣ ਲੱਗ ਪਿਆ ਤੇ ਜਦੋਂ ਇਹ ਗੱਡੀ ਦੇ ਵਿੱਚ ਆ ਕੇ ਬਹਿ ਗਈ ਨਾ ਇਹਦਾ ਘਰ ਵਾਲਾ ਪਤਾ ਕੀ ਕਹਿੰਦਾ ਕਹਿੰਦਾ ਤੈਨੂੰ ਇਹ ਭਿਖਾਰੀਆਂ ਦੇ ਮੂੰਹ ਨਹੀਂ ਲੱਗਣਾ ਚਾਹੀਦਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਉਹ ਕਹਿੰਦਾ ਤੈਨੂੰ ਇਹ ਭਿਖਾਰੀਆਂ ਦੇ ਮੰਗਤਿਆਂ ਦੇ ਮੂੰਹ ਨਹੀਂ ਲੱਗਣਾ ਚਾਹੀਦਾ ਇਹਨਾਂ ਨੇ ਸਾਡੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖਿਆ ਹੋਇਆ ਤੇ ਉਸ ਵੇਲੇ ਘਰ ਵਾਲੀ ਬੜੀ ਨਿਮਰਤਾ 'ਚ ਪਤਾ ਕੀ ਕਹਿੰਦੀ ਕਹਿਣ ਲੱਗੀ ਇਹ ਤੇ ਮਜਬੂਰ ਹੈ ਤਾਂ ਭੀਖ ਮੰਗ ਰਿਹਾ ਪਰ ਕਈਆਂ ਦੇ ਕੋਲ ਸਭ ਕੁਝ ਹੁੰਦਾ ਹੈ ਸਭ ਕੁਝ ਹੋਣ ਦੇ ਬਾਵਜੂਦ ਵੀ ਭੀਖ ਮੰਗਦੇ ਨੇ ਦਾਜ ਦੇ ਰੂਪ ਦੇ ਵਿੱਚ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਉਸ ਵੇਲੇ ਉਹ ਕੀ ਕਹਿੰਦੀ ਕਹਿਣ ਲੱਗੀ ਮਾਂ ਬਾਪ 20-21 ਸਾਲ ਆਪਣੀ ਧੀ ਨੂੰ ਪਾਲਦੇ ਨੇ ਆਪਣੇ ਜਿਗਰ ਦਾ ਟੋਟਾ ਦੂਜੇ ਦੇ ਘਰ ਭੇਜਦੇ ਨੇ
21 ਸਾਲ ਪਾਲਿਆ ਆਪਣੇ ਜਿਗਰ ਦਾ ਟੋਟਾ ਭੇਜਿਆ ਦੂਜੇ ਦੇ ਘਰ ਦੇ ਵਿੱਚ ਤੇ ਕਹਿੰਦੇ ਦਾਜ ਦੇ ਲੋਭੀ ਲੋਕੀ ਇੰਨੀ ਵੀ ਉਸ ਔਰਤ ਦੀ ਕਦਰ ਨਹੀਂ ਕਰਦੇ, ਮਾਤਾ ਪਿਤਾ ਦੀ ਇੱਜ਼ਤ ਨਹੀਂ ਕਰਦੇ, ਉਹਨਾਂ ਬਾਰੇ ਨਹੀਂ ਸੋਚਦੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਧੀ ਨੂੰ ਉਹਨਾਂ ਨੇ ਪਾਲਿਆ ਤਾਂ ਵੀ ਦਾਜ ਦੀ ਮੰਗ ਕਰਦੇ ਨੇ। ਕਹਿੰਦੀ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹਦੇ ਬਾਰੇ ਤੂੰ ਕਹਿ ਰਿਹਾ ਉਹ ਮੰਗਤਾ ਕਿ ਜਿਹੜੇ ਤੁਸੀਂ ਹੋ ਜੋ ਦਾਜ ਮੰਗਦੇ ਹੋ? ਮੇਰੇ ਪਿਓ ਨੂੰ ਵੀ ਔਖਾ ਕਰਕੇ ਏਡੀ ਮਹਿੰਗੀ ਗੱਡੀ ਲਈ ਤੁਸੀਂ ਮੰਗਦੇ ਹੋ ਕਿ ਉਹ ਮੰਗਤਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਕੰਨਿਆ ਦਾਨ ਨੂੰ ਮਹਾਦਾਨ ਕਿਹਾ ਜਾਂਦਾ ਕਿ ਤਾਂ ਕਿ ਇਹ ਮਹਾਦਾਨ ਕਿਉਂ? ਦੂਜੇ ਦਾ ਪਰਿਵਾਰ ਵਧੇ, ਉਹਦੀ ਵੰਸ਼ ਚੱਲੇ, ਕਿਸੇ ਦੇ ਜੀਵਨ ਦੀ ਨਵੀਂ ਗ੍ਰਸਤੀ ਸ਼ੁਰੂ ਹੋਵੇ। ਤੇ ਕਹਿੰਦੇ ਉਹਦੇ 'ਚ ਵੀ ਭੀਖ ਮੰਗਣਾ ਇਹ ਮੰਗਤਿਆਂ ਵਾਲੀ ਗੱਲ ਨਹੀਂ ਤੇ ਹੋਰ ਕੀ ਹੈ? ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੀ ਮੈਨੂੰ ਇੱਕ ਗੱਲ ਦਾ ਜਵਾਬ ਦੇ, ਫਿਰ ਭਿਖਾਰੀ ਕੌਣ ਹੋਇਆ? ਉਹ ਜਿਹੜਾ ਬਾਹਰ ਮੰਗਦਾ ਉਹ ਮਜਬੂਰ ਭਿਖਾਰੀ ਹੈ ਕਿ ਤੁਹਾਡੇ ਵਰਗੇ ਘਰ ਵਾਲੇ ਜਾਂ ਤੁਹਾਡੇ ਵਰਗੇ ਦੂਲੇ ਭਿਖਾਰੀ ਨੇ? ਇੰਨੀ ਗੱਲ ਸੁਣ ਕੇ ਇਹਦਾ ਘਰ ਵਾਲਾ ਨੀਵੀਆਂ ਅੱਖਾਂ, ਸ਼ਰਮਿੰਦਗੀ ਵਾਲੀਆਂ ਅੱਖਾਂ ਦੇ ਨਾਲ ਬਿਲਕੁਲ ਖਾਮੋਸ਼ ਏ, ਖਾਮੋਸ਼ ਏ, ਕਿਉਂਕਿ ਇਹਦੀ ਘਰ ਵਾਲੀ ਨੇ ਅੱਜ ਇਹਦੇ ਮੂੰਹ ਦੇ ਉੱਤੇ ਇਹ ਗੱਲਾਂ ਦਾ ਇਹੋ ਜਿਹਾ ਤਮਾਚਾ ਮਾਰਿਆ, ਇਹੋ ਜਿਹੀ ਚਪੇੜ ਮਾਰੀ, ਇਹਨੂੰ ਸੋਝੀ ਹੋ ਗਈ, ਸੋਝੀ ਕਿ ਮੈਂ ਵਿਆਹ ਦੇ ਵੇਲੇ ਇੱਕ ਮਾਤਾ ਪਿਤਾ ਨੂੰ ਤੰਗ ਕੀਤਾ, ਆਪਣੀ ਘਰ ਵਾਲੀ ਦੇ ਮਾਤਾ ਪਿਤਾ ਨੂੰ ਤੰਗ ਕੀਤਾ, ਮੈਨੂੰ ਆਹ ਚੀਜ਼ਾਂ ਚਾਹੀਦੀਆਂ, ਆਹ ਗੱਡੀ ਚਾਹੀਦੀ, ਕੱਲ੍ਹ ਨੂੰ ਮੈਂ ਵੀ ਤੇ ਬਾਪ ਬਣਨਾ ਹੈ, ਜਦੋਂ ਮੈਂ ਆਪਣੀ ਧੀ ਨੂੰ ਤੋਰਾਂਗਾ, ਜੇ ਉਹਦੇ ਪਰਿਵਾਰ ਵਾਲੇ ਇੱਦਾਂ ਚੀਜ਼ਾਂ ਮੇਰੇ ਕੋਲੋਂ ਮੰਗਣਗੇ ਤੇ ਮੇਰੇ ਦਿਲ ਤੇ ਕੀ ਬੀਤੇਗੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੂੰ ਤੇ ਸੋਝੀ ਆ ਗਈ, ਜਿਹੜੇ ਲਾਈਵ ਤੁਸੀਂ ਸੁਣਦੇ ਤੁਹਾਡੇ ਸਹੁਰਿਆਂ ਤੇ ਕਿਰਪਾ ਹੈ, ਮਿਹਰ ਹੈ, ਪਰ ਜੇ 1-2% ਵੀ ਇਹੋ ਜਿਹੇ ਹੋਣ ਜਾਂ ਬਾਅਦ ਚੋਂ ਸੁਣਨ, ਇਹ ਮੇਰੀ ਬੇਨਤੀ ਹੈ, ਇਹ ਚੀਜ਼ ਨੂੰ ਪਿਆਰਿਓ, ਆਪਣੇ ਘਰਾਂ ਦੇ ਵਿੱਚ ਵੜਨ ਦਿਓ, ਮੰਗਤੇ ਨਾ ਬਣੋ। ਗੁਰੂ ਰਾਮਦਾਸ ਨੇ ਤੁਹਾਨੂੰ ਦਾਤੇ ਨੇ ਦਾਤਾ ਬਣਾਇਆ, ਦਾਤਾ ਜਿਹੜਾ ਦਾਤੇ ਨਾਲ ਜੁੜਿਆ ਉਹ ਤੇ ਦਾਤਾ ਹੁੰਦਾ, ਉਹ ਤੇ ਭਲਾ ਕਰਦਾ, ਉਹ ਤੇ ਲੋਕਾਂ ਨੂੰ ਦਿੰਦਾ। ਉਹ ਦਾਤੇ ਨਾਲ ਜੁੜ ਕੇ ਮੰਗਤੇ ਨਾ ਬਣੋ ਕਿ ਘਰ ਨਵੀਂ ਆਏਗੀ ਬੱਚੀ ਘਰ ਦੇ ਵਿੱਚ, ਚਲੋ ਆਹ ਚੀਜ਼ ਵੀ ਲਿਆਏਗੀ, ਉਹ ਚੀਜ਼ ਵੀ ਲਿਆਏਗੀ, ਚੱਲ ਕਰਵਾ ਚੌਥ ਤੇ ਗਈ, ਆਹ ਲਿਆਵੇ ਫਲਾਣ, ਭਾਵੇਂ ਆਹ ਚੀਜ਼ਾਂ ਅਸੀਂ ਨਹੀਂ ਮੰਨਦੇ, ਪਰ ਕਈ ਵਾਰੀ ਹੁੰਦਾ ਹੈ ਨਾ, ਜਾਣ ਬੁੱਝ ਕੇ ਕਈ ਵਾਰੀ ਕਰਵਾਈਆਂ ਜਾਂਦੀਆਂ ਚੀਜ਼ਾਂ, ਜਾਣ ਬੁੱਝ ਕੇ ਲੈਣ ਵਾਸਤੇ। ਉਹ ਮੰਗਤੇ ਨਾ ਬਣੋ, ਮੰਗਤੇ ਨਹੀਂ ਬਣਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਦੀਪ ਸੜਕੀ ਫੇਰਾ ਪਾਉਣ ਗਈ ਆਪਣੇ ਪੇਕੇ ਘਰ, ਸਭ ਤੋਂ ਪਹਿਲੇ ਨਿਗਾਹ ਇਹੋ ਹੀ ਹੋਏਗੀ, ਜਦੋਂ ਆਈ ਵਾਪਸ ਕੀ ਲੈ ਕੇ ਆਈ ਹੈ ਤੂੰ? ਤੇਰੀ ਮਾਂ ਨੇ ਤੈਨੂੰ ਕੀ ਦਿੱਤਾ? ਬਾਪੂ ਨੇ ਕੀ ਦਿੱਤਾ? ਕੀ ਲੈ ਕੇ ਆਈ ਹੈ? ਉਹ ਮੰਗਤੇ ਥੋੜੀ ਬਣਨ, ਜਿਹੜੇ ਬਾਬਾ ਦੀਪ ਸਿੰਘ ਨਾਲ ਜੁੜੇ ਨੇ ਉਹ ਮੰਗਤੇ ਨਹੀਂ ਹੋ ਸਕਦੇ, ਤੇ ਮੰਗਤੇ ਨਾ ਬਣੋ, ਇਹ ਮੇਰੀ ਬੇਨਤੀ ਹੈ।